ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਤੇ ਸੋ ਕਿਸਾਨ ਵੀਰੋ ਕਣਕਾਂ ਦੀ ਜੋ ਫਸਲ ਦੀ ਜੋ ਕਟਾਈ ਹੋ ਚੁੱਕੀ ਏ ਤੇ ਤੇ ਕਣਕਾਂ ਦਾ ਝਾੜ ਕਿੰਨਾ ਮਿਲਿਆ ਕਿਹੜੀਆਂ-ਕਿਹੜੀਆਂ ਕਿਸਮਾਂ ਜੋ ਸਹੀ ਉਮੀਦਾਂ ਤੇ ਸਾਬਿਤ ਹੋ ਚੁੱਕੀਆਂ ਨੇ ਕਿਹਨਾ ਕਿਸਮਾਂ ਦਾ ਝਾੜ ਵਧੀਆ ਵੇਖਣ ਨੂੰ ਮਿਲਿਆ ਏ ਇਸ ਬਾਰੇ ਅੱਗੇ ਅੱਜ ਜੋ ਵੀਡੀਓ ਵਿੱਚ ਗੱਲ ਕਰਾਂਗੇ ਦੋਸਤੋ ਪਹਿਲਾ ਨਵੇਂ ਕਿਸਾਨ ਜੋ ਪਹਿਲੀ ਵਾਰ ਚੈਨਲ ਤੇ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਅੱਗੇ ਵੀ ਐਦਾਂ ਐਗਰੀਕਲਚਰ ਨਾਲ ਸੰਬੰਧਿਤ ਵੀਡੀਓ ਤੁਹ ਮਿਲਦੀਆਂ ਰਹਿਣਗੀਆਂ ਇਸ ਚੈਨਲ ਤੇ ਸੋ ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਪੰਜਾਬ ਵਿੱਚ ਕਣਕਾਂ ਦਾ ਝਾੜ ਕੀ ਰਹਾ ਕਿਹੜੀਆਂ ਵੈਰਾਈਟੀਆਂ ਨੇ ਵਧੀਆ ਝਾੜ ਦਿੱਤਾ ਏ ਇਹਨਾਂ ਵਿੱਚ ਕੁਝ ਨਵੀਆਂ ਵੈਰਾਈਟੀਆਂ ਵੀ ਸਨ ਫਿਰੋਜ਼ਪੁਰ ਮੋਗਾ ਕਪੂਰਥਲਾ ਜਲੰਧਰ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ ਜੋ ਆਂਕੜੇ ਲੈ ਗਏ ਨੇ ਜੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਐਚ ਡੀ 386 ਵੈਰਾਈਟੀ ਦੇ ਬਾਰੇ ਵਿੱਚ ਇਸ ਦਾ ਚਾੜ 20 ਕੁਆਂਟਲ ਤੋਂ ਲੈ ਕੇ 22 ਕੁਆਂਟਲ ਤੱਕ ਰਿਹਾ ਹੈ ਗੱਲ ਕਰੀਏ ਔਸਤ ਚਾੜ ਦੀ ਤਾਂ 21 ਕੁਆਂਟਲ ਜੋ ਵੇਖਣ ਨੂੰ ਮਿਲਿਆ ਹੈ ਤੋ ਮੌਸਮ ਖਰਾਬ ਹੋਣ ਦੇ ਕਾਰਨ ਅਕਸਰ ਕਈ ਜੋ ਕਿਸਮਾਂ ਦਾ ਝਾੜ ਕਾਫੀ ਜ਼ਿਆਦਾ ਘਟ ਵੇਖਣ ਨੂੰ ਮਿਲਿਆ ਜੋ ਪਹਿਲਾਂ ਵੀ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਜੇ ਗੱਲ ਕਰੀਏ ਐਚਡੀ 2967 ਕਿਸਮ ਦੀ ਤਾਂ ਇਸ ਦਾ ਝਾੜ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਰਿਹਾ ਏ ਜੇ ਗੱਲ ਕਰੀਏ ਦੂਜੀਆਂ ਕਿਸਮਾਂ ਦੇ ਮੁਕਾਬਲੇ HD 297 ਦੀ ਝਾੜ ਦੀ ਗੱਲ ਕਰੀਏ ਤਾਂ 23 ਕੁਇੰਟਲ ਘੱਟ ਤੋਂ ਘੱਟ ਲੈ ਕੇ 26 ਕੁਇੰਟਲ ਤੱਕ ਝਾੜ ਜੋ ਦੇਖਣ ਨੂੰ ਮਿਲਿਆ ਏ ਜੋ ਬਹੁਤ ਵਧੀਆ ਝਾੜ ਦੇਣ ਵਾਲੀ ਕਿਸਮ ਸਾਬਤ ਹੋਈ ਏ HD 297 ਔਸਤ ਝਾੜ ਦੀ ਗੱਲ ਕਰੀ ਤਾਂ 25 ਕੁਇੰਟਲ ਇਸ ਦਾ ਝਾੜ ਔਸਤ ਜੋ ਦੇਖਣ ਨੂੰ ਮਿਲਿਆ ਬਹੁਤ ਹੀ ਵਧੀਆ ਝਾੜ ਦੇਣ ਵਾਲੀ ਵੈਰੈਟੀ ਸਾਬਤ ਹੋਈ ਏ HD 297 ਹੁਣ ਗੱਲ ਕਰਦੇ ਹਾਂ ਕੁਝ ਨਵੀਆਂ ਵੈਰੈਟੀਆਂ ਦੀ DBW 222 ਯੂਨੀਵਰਸਿਟੀ ਦੁਆਰਾ ਬਹੁਤ ਹੀ ਪੋਜ਼ਿਟਿਵ ਗੱਲਾਂ ਕਈਆਂ ਗਈਆਂ ਸੀ ਇਸ ਕਿਸਮ ਦੇ ਬਾਰੇ ਵਿੱਚ ਪਰ ਫਿਰ ਵੀ ਇਸ ਦਾ ਝਾੜ ਠੀਕ ਠਾਕ ਹੀ ਰਿਹਾ ਏ 20 ਕੁਆਂਟਲ ਤੋਂ ਲੈ ਕੇ 23 ਕੁਆਂਟਲ ਤੱਕ ਇਸ ਕਿਸਮ ਦਾ ਝਾੜ ਰਿਹਾ ਏ ਔਸਤ ਝਾੜ ਦੀ ਗੱਲ ਕਰੀਏ ਤਾਂ 22 ਕੁਆਂਟਲ ਤੱਕ ਇਸ ਦਾ ਝਾੜ ਮਿਲਿਆ ਏ ਇਸ ਕਿਸਮ ਵਿੱਚ ਕੁਝ ਕਮੀਆਂ ਵੀ ਸਨ ਕਿਉਂਕਿ ਇਸ ਦਾ ਸਿੱਟਾ ਬਹੁਤ ਹੀ ਨਰਮ ਸੀ ਅਤੇ ਜਿਆਦਾ ਪੱਕਣ ਨਾਲ ਇਸ ਵਿੱਚ ਉਦਾਨੇ ਕਿਰਨ ਦੀ ਸਮੱਸਿਆ ਇਸ ਵਿੱਚ ਬਹੁਤ ਹੀ ਜ਼ਿਆਦਾ ਸੀ ਸੋ ਇਸ ਕਿਸਮ ਨੂੰ ਕੋਈ ਜ਼ਿਆਦਾ ਵਧੀਆ ਨਹੀਂ ਕਹਿ ਸਕਦੇ ਹੁਣ ਗੱਲ ਕਰਦੇ ਹਾਂ ਦੂਸਰੀ ਵੈਰਾਈਟੀ DBW 187 ਦੀ ਇਸ ਦਾ ਝਾੜ ਵੀ 22 ਕਵਾਂਟਲ ਤੋਂ ਲੈ ਕੇ 24 ਕਵਾਂਟਲ ਤੱਕ ਜੋ ਵੇਖਣ ਨੂੰ ਮਿਲਿਆ ਹੈ ਅਸਤ ਝਾੜ ਦੀ ਗੱਲ ਕੀਤੀ ਜਾਵੇ ਤਾਂ 23 ਕਵਾਂਟਲ ਦੇਖਣ ਨੂੰ ਮਿਲਿਆ ਹੈ ਇਸ ਵਿੱਚ ਜੋ ਕਮੀਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਕਿਸਮ ਵਿੱਚ ਡਿੱਗਣ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਸੀ ਕਾਫੀ ਕਿਸਾਨਾਂ ਦੀ ਕਾਫੀ ਕਿਸਾਨਾਂ ਦੀ ਕਨਕ ਵਿਛ ਗਈ ਸੀ ਇਹ ਵੈਰਾਈਟੀ ਦੀ ਗੱਲ ਕੀਤੀ ਜਾਵੇ ਤਾਂ ਸੋ ਜਿਸ ਕਰਕੇ ਇਸ ਦਾ ਚਾੜ ਠੀਕਠਾਕ ਹੀ ਕਿਹਾ ਜਾ ਸਕਦਾ ਹੈ ਹੁਣ ਗੱਲ ਕਰਦੇ ਹਾਂ ਜੋ 2852 ਵੈਰਾਈਟੀ ਦੇ ਬਾਰੇ ਵਿੱਚ ਜੋ ਜੋ ਲੇਟ ਸਮਿਆਂ ਵਿੱਚ ਬੀਜੀ ਜਾਣ ਵਾਲੀ ਵੈਰਾਈਟੀ ਹੈ ਜੇ ਗੱਲ ਕਰੀਏ ਝਾੜ ਦੀ ਤਾਂ 22 ਕੁਇੰਟਲ ਤੋਂ ਲੈ ਕੇ 25 ਕੁਇੰਟਲ ਤੱਕ ਇਸ ਦਾ ਝਾੜ ਦੇਖਣ ਨੂੰ ਮਿਲਿਆ ਹੈ ਜਿੰਨਾ ਕਿਸਾਨਾਂ ਨੇ ਇਸ ਦੀ ਬਜਾਈ ਲੇਟ ਕੀਤੀ ਸੀ ਉਹਨਾਂ ਨੂੰ ਚੰਗਾ ਝਾੜ ਇਸ ਦਾ ਮਿਲਿਆ ਹੈ। ਆਸਤ ਝਾੜ ਦੀ ਗੱਲ ਕੀਤੀ ਜੇ 24 ਕੁਇੰਟਲ ਇਸ ਦਾ ਆਸਤ ਝਾੜ ਵੇਖਣ ਨੂੰ ਮਿਲਿਆ ਹੈ ਜੋ ਬਹੁਤ ਹੀ ਵਧੀਆ ਸਾਬਤ ਹੋਈ ਹੈ ਵੈਰੈਟੀ ਐਚ ਡੀ 2967 ਦੀ ਗੱਲ ਕਰੀਏ ਤਾਂ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਇਸ ਵੈਰੈਟੀ ਨੇ ਬਹੁਤ ਹੀ ਵਧੀਆ ਝਾੜ ਦਿੱਤਾ ਹੈ। ਕਾਫੀ ਜੋ ਨਮੀਆਂ ਵੈਰਾਈਟੀਆਂ ਸਨ ਉਹ ਕਾਫੀ ਜ਼ਿਆਦਾ ਫੇਲ ਸਾਬਤ ਹੋਈਆਂ ਨੇ ਸੋ ਝਾੜ ਦਾ ਵਾਧਾ ਜਾਂ ਘਟ ਨਿਕਲਣਾ ਬਹੁਤ ਹੀ ਜ਼ਿਆਦਾ ਡਿਪੈਂਡ ਕਰਦਾ ਹੈ ਮੌਸਮ ਤੇ ਇਸ ਵਾਰ ਮੌਸਮ ਜ਼ਿਆਦਾ ਵਧੀਆ ਨਹੀਂ ਸੀ ਜੇ ਗੱਲ ਕਰੀਏ ਤਾਂ ਫਸਲ ਦੇ ਅਨੁਕੂਲ ਮੌਸਮ ਨਹੀਂ ਸੀ ਜਿਸ ਦੇ ਕਾਰਨ ਜੋ ਝਾੜ ਉਮੀਦ ਦੇ ਮੁਤਾਬਿਕ ਘੱਟ ਮਿਲਿਆ ਕਿਸਾਨਾਂ ਨੂੰ ਸੁਵੇਸੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਜਾਣਕਾਰੀ ਬਹੁਤ ਹੀ ਵਧੀਆ ਲੱਗੀ ਹੋਵੇਗੀ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜਰੂਰ ਕਰੋ ਚੈਨਲ ਨੂੰ